ਇਹ ਵੀਜ਼ੇ ਜਿਹੜੇ ਆਏ ਨੇ ਕਿੱਥੋਂ ਦੇ ਆਏ ਨੇ ਕਿ ਕੈਨੇਡਾ ਦੇ ਨੇ ਕਿ ਪਾਕਿਸਤਾਨ ਦੇ ਨੇ ਇਹ ਸਾਰੇ ਵੀਜ਼ੇ ਕੈਨੇਡਾ ਦੇ ਸਨ ਜੀ ਇਹ 52 ਪਾਸਪੋਰਟ ਸਾਨੂੰ ਅੱਜ ਰਿਸੀਵ ਹੋਏ ਸਾਰੇ 52 ਪਾਸਪੋਰਟ ਸਤੰਬਰ 2021 ਇੰਟੇਕ ਦੇ ਠੀਕ ਹੈ ਜਿਨ੍ਹਾਂ ਜਿਨ੍ਹਾਂ ਨੇ ਕੰਸਲਟੈਂਟ ਨੇ ਕੋਰਸ ਦੀ ਰੈਲੇਵੈਂਸੀ ਦੇ ਨਾਲ ਫਾਈਲ ਲਗਾਈ ਜਿਨ੍ਹਾਂ ਨੇ ਐਸਓਪੀ ਸਟਰੋਂਗ ਬਣਾਈ ਉਹਨਾਂ ਨੂੰ ਵੀਜ਼ਾ ਮਿਲਿਆ ਸੱਤ ਬੈਂਡ ਵਾਲੇ ਨੂੰ ਵੀ ਰਿਫਿਊਜ਼ਲ ਮਿਲੀ ਹੈ ਓਨਟਾਰੀਓ ਦੇ ਬੀਸੀ ਦੇ ਵਿੱਚ ਬਟ ਅਗੇਨ ਬੱਚੇ ਦਾ ਅਗਰ ਕੋਰਸ ਰੈਲੇਵੈਂਸ ਸੀਗਾ ਬੱਚੇ ਦੀ ਐਸਓਪੀ ਬੱਚੇ ਨੇ ਆਪ ਬਣਾਈ ਸੀ ਸਟਰੋਂਗ ਐਸਓਪੀ ਸੀ ਉਹਨੂੰ ਵੀਜ਼ਾ ਮਿਲਿਆ ਇਹ 52 ਪਾਸਪੋਰਟ ਜਿਹੜੇ ਸਾਨੂੰ ਰਿਸੀਵਡ ਹੋਏ ਆ ਇਹ ਉਹੀ ਪਾਸਪੋਰਟ ਹੈ ਜਿਨ੍ਹਾਂ ਨੇ ਸਾਡੇ ਕੋਲ ਵੀਜ਼ਾ ਅਪਲਾਈ ਕੀਤਾ ਔਰ ਇਹਨਾਂ ਨੂੰ ਅੱਜ ਪਾਸਪੋਰਟ ਜਿਹੜਾ ਸਟੈਂਪਿੰਗ ਹੋ ਕੇ ਵਾਪਸ ਮਿਲ ਗਿਆ ਤੇ ਫਿਰ ਇਹਨਾਂ ਜਿਹੜਾ ਰੋਲਾ ਚੱਲ ਰਿਹਾ ਰਿਫਿਊਜ਼ਰ ਰਿਫਿਊਜ਼ਲਸ ਫਿਰ ਤਾਂ ਇਹ ਆਪਾਂ ਅੰਦਾਜ਼ਾ ਲਗਾਈਏ ਤਾਂ ਰਿਫਿਊਜ਼ਲ ਤਾਂ ਪਹਿਲਾਂ ਵਾਂਗ ਹੀ ਆ ਰਹੀਆਂ ਨੇ ਕਿਉਂਕਿ ਇਸ ਸਮੇਂ ਫਾਈਲਾਂ ਵੀ ਬਹੁਤ ਜ਼ਿਆਦਾ ਨੇ ਤੇ ਉਸ ਹਿਸਾਬ ਨਾਲ ਜੇ ਆਪਾਂ ਰਿਫਿਊਜ਼ਲ ਦੀ ਰੇਸ਼ੋ ਦੇਖੀਏ ਫਿਰ ਤਾਂ ਬਰਾਬਰ ਹੀ ਹੋਈ ਪਹਿਲਾਂ 30% ਵੀਜ਼ੇ ਮਿਲ ਰਹੇ ਆ 70% ਜਿਹੜੀ ਰਿਫਿਊਜ਼ਲਾਂ ਕਾਰਨ ਹੈ ਪ੍ਰਾਈਵੇਟ ਕਾਲਜ ਹੈ ਉਹ 70% ਦਾ ਕਾਰਨ ਮੌਂਟਰੀਅਲ ਹੈ ਉਹ 70% ਦਾ ਕਾਰਨ ਡੀਐਲਏ ਚੇਂਜ ਕਰਨਾ ਹੈ ਤੇ ਫਿਰ ਏਜੰਟਾਂ ਨੇ ਇਹ ਕਿਉਂ ਮਾਹੌਲ ਬਣਾਉਣਾ ਸ਼ੁਰੂ ਕਰ ਦਿੱਤਾ ਵੀ ਕੈਨੇਡਾ ਹੁਣ ਜਾਣ ਦਾ ਕੋਈ ਫਾਇਦਾ ਨਹੀਂ ਤੁਸੀਂ ਦੂਜੀਆਂ ਕੰਟਰੀਆਂ ਦੇ ਵਿੱਚ ਜਾਓ ਇਹ ਕਿਉਂ ਮਾਹੌਲ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਜਿਹੜੀਆਂ ਪੁੱਠੀਆਂ ਉਹਨੂੰ ਸਿੱਧੀਆਂ ਨਹੀਂ ਹੋ ਸਕਦੀਆਂ ਏਜੰਟਸ ਦੀ ਆਦਤ ਹੈ ਪ੍ਰਾਈਵੇਟ ਕਾਲਜ ਅਪਲਾਈ ਕਰਾਉਣਾ ਏਜੰਟ ਦੀ ਆਦਤ ਹੈ ਕਿ ਡੀਐਲਏ ਚੇਂਜ ਵਾਲੇ ਫੋਕਸ ਕਰਾਉਣਾ ਏਜੰਟ ਦੀ ਆਦਤ ਹੈ ਮੌਂਟਰੀਅਲ ਜਿਹੜਾ ਸਸਤੇ ਕਾਲਜਾਂ ਨੂੰ ਪ੍ਰਮੋਟ ਕਰਨਾ ਅੱਜ ਡੇਟ 'ਚ ਪੈਸਾ ਇੰਪੋਰਟੈਂਟ ਇੰਨਾ ਨਹੀਂ ਹੈ ਜਿੰਨਾ ਇੰਪੋਰਟੈਂਟ ਵੀਜ਼ਾ ਹੈ ਐਡ ਨੂੰ ਦੇਖ ਕੇ ਨਾ ਚੱਲੋ ਐਡ ਦੇ ਵਿੱਚ ਕੀ ਹੈ ਸਿਰਫ ਔਰ ਸਿਰਫ ਏਜੰਟ ਦਾ ਪ੍ਰੋਫਿਟ ਹੁੰਦਾ ਹੈ ਸਟੂਡੈਂਟ ਦਾ ਕੋਈ ਪ੍ਰੋਫਿਟ ਨਹੀਂ ਹੈ ਤੁਸੀਂ ਇਹ ਦੇਖੋ ਕਿ ਮਾਰਕੀਟ ਵੀਜ਼ੇ ਲੱਗ ਕਿਨਾਂ ਦੇ ਰਹੇ ਹੈ ਲੱਗ ਰਹੇ ਹੈ 6 ਈਚ ਵਾਲੇ ਦੇ ਜਾਂ 1 ਮੋਡਿਊਲ 5.5 ਦੇ ਕੋਸ਼ਿਸ਼ ਕਰੋ ਕਿ ਆਈਲੈਟਸ ਨੂੰ ਫੋਕਸ ਜ਼ਿਆਦਾ ਕਰੋ ਪਿੱਛੇ ਜੇ ਪੀਟੀ ਦੇ ਨਾਲ ਵੀ ਰਿਫਿਊਜ਼ਲਾਂ ਬਹੁਤ ਦੇਖਣ ਨੂੰ ਮਿਲੀਆਂ ਕਿਉਂਕਿ ਪੀਟੀ 52 ਦੇ ਵਿੱਚ ਵੀ ਰਿਫਿਊਜ਼ਲਾਂ ਮਿਲੀਆਂ 54 ਦੇ ਵਿੱਚ ਵੀ ਰਿਫਿਊਜ਼ਲਾਂ ਮਿਲੀਆਂ ਤਾਂ ਬੱਚੇ ਫੋਕਸ ਆਈਲੈਟਸ ਵਾਲੇ ਪਾਸੇ ਕਰਨ ਅਗਰ ਤੁਸੀਂ ਪੀਟੀ ਦੇ ਨਾਲ ਅਪਲਾਈ ਕਰਨਾ ਚਾਹੁੰਦੇ ਹੋ 56 ਨਾਟ ਲੈਸ ਦੈਨ 54 ਦੇ ਨਾਲ ਅਪਲਾਈ ਕਰੋ ਤੁਸੀਂ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕੋ ਜਨਵਰੀ 2021 ਇਨਟੇਕ ਲਈ ਓਵਰ ਜਨਵਰੀ 2022 ਇਨਟੇਕ ਲਈ ਓਵਰਆਲ 6 ਨਾਟ ਲੈਸ ਦੈਨ 5.51 ਮੋਡਿਊਲ ਦੇ ਨਾਲ ਐਡਮਿਸ਼ਨਸ ਹੋ ਰਹੀਆਂ ਔਨ ਦਾ ਸਪੋਟ ਤੁਸੀਂ ਆ ਕੇ ਆਫਰ ਲੈਟਰ ਅਪਲਾਈ ਕਰੋ ਵਿਦਆਊਟ ਐਨੀ ਪ੍ਰੋਸੈਸਿੰਗ ਫੀਸ ਕੋਈ ਪੈਸਾ ਨਹੀਂ ਸਾਨੂੰ ਦੇਣਾ ਆਫਰ ਲੈਟਰ ਆਉਣ ਤੋਂ ਬਾਅਦ ਆਪਣੀ ਟਿਊਸ਼ਨ ਫੀਸ ਪੇ ਕਰੋ ਅਗਰ ਤੁਹਾਡਾ ਵੀਜ਼ਾ ਰਿਫਿਊਜ਼ ਹੈ ਤੁਹਾਡਾ ਜੀਆਈਸੀ ਆਲਰੇਡੀ ਉੱਥੇ ਪਿਆ ਹੋਇਆ ਤੇ ਆਪਣਾ ਕੇਸ ਪ੍ਰੋਸੈਸ ਕਰੋ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਲਗਾਤਾਰ ਚਰਚਾਵਾਂ ਨੇ ਕਿ ਕੈਨੇਡਾ ਦੇ ਹੁਣ ਵੀਜ਼ੇ ਨਹੀਂ ਆ ਰਹੇ ਸਿਰਫ ਰਿਫਿਊਜ਼ਲਸ ਹੀ ਰਿਫਿਊਜ਼ਲਸ ਆ ਰਹੀਆਂ ਨੇ ਅਸੀਂ ਵੀ ਏਜੰਟਸ ਨਾਲ ਤੁਹਾਡੀ ਗੱਲਬਾਤ ਕਰਾਈ ਸੀਗੀ ਰੂਬਰੂ ਕਰਾਇਆ ਸੀਗਾ ਏਜੰਟਸ ਨੂੰ ਉਹ ਵੀ ਦੱਸ ਰਹੇ ਸੀਗੇ ਕਿ ਕਿੰਨੀਆਂ ਕੁ ਜ਼ਿਆਦਾ ਰਿਫਿਊਜ਼ਲਸ ਜਿਹੜੀਆਂ ਕੈਨੇਡਾ ਦੇ ਵੱਲੋਂ ਆ ਰਹੀਆਂ ਨੇ ਪਰ ਰਿਫਿਊਜ਼ਲਸ ਆ ਕਿਹੜੇ ਪ੍ਰੋਵਿੰਸ ਦੀਆਂ ਰਹੀਆਂ ਨੇ ਕਿਊਬੈਕ ਪ੍ਰੋਵਿੰਸ ਜਿਸ ਤਰ੍ਹਾਂ ਮੌਂਟਰੀਅਲ ਜਿਨ੍ਹਾਂ ਨੇ ਫਾਈਲਾਂ ਲਗਾਈਆਂ ਸੀਗੀਆਂ ਉਹਨਾਂ ਬੱਚਿਆਂ ਦੀਆਂ ਰਿਫਿਊਜ਼ਲਸ ਆ ਰਹੀਆਂ ਸੀਗੀਆਂ ਪਰ ਉੱਥੇ ਫਿਰ ਸਵਾਲ ਖੜਾ ਹੁੰਦਾ ਸੀਗਾ ਕਿ ਜੇਕਰ ਮੌਂਟਰੀਅਲ ਦੀਆਂ ਰਿਫਿਊਜ਼ਲਸ ਨੇ ਤੇ ਦੂਜੇ ਪਾਸੇ ਜਿਹੜੇ ਜਿਨ੍ਹਾਂ ਨੇ ਓਨਟਾਰੀਓ ਬ੍ਰੰਪਟਨ ਜਾਂ ਹੋਰ ਕਿਸੇ ਪਾਸੇ ਜਾਣਾ ਉਹਨਾਂ ਦੇ ਕੀ ਵੀਜ਼ੇ ਆ ਰਹੇ ਨੇ ਤਾਂ ਉਹ ਜਾਣਨ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਵਿਜਨ ਗਰੁੱਪ ਹਨੀਸ਼ ਉੱਪਲ ਜੀ ਦੇ ਕੋਲ ਅਤੇ ਵੀਜ਼ੇ ਉਹ ਦਿਖਾਉਣਗੇ ਵੀ ਤੇ ਪਾਸਪੋਰਟ ਤੇ ਸਟੈਂਪਿੰਗ ਹੋਏ ਪਾਸਪੋਰਟ ਤੁਹਾਨੂੰ ਦਿਖਾਉਣਗੇ ਕਿ ਸਿਰਫ ਮੌਂਟਰੀਅਲ ਦੇ ਵੀਜ਼ੇ ਰਿਫਿਊਜ਼ ਹੋ ਰਹੇ ਆ ਬਾਕੀ ਸਭ ਦੇ ਸਟੇਟਾਂ ਦੇ ਜਿੰਨੇ ਵੀ ਕੈਨੇਡਾ ਦੇ ਵਿੱਚ ਹੋਰ ਸਿਟੀਜ਼ ਨੇ ਪ੍ਰੋਵਿੰਸ ਨੇ ਸਟੇਟਸ ਨੇ ਉਹਨਾਂ ਦੇ ਵੀਜ਼ੇ ਆ ਰਹੇ ਨੇ ਤਾਂ ਕਿ ਤੁਸੀਂ ਗੁੰਮਰਾਹ ਨਾ ਹੋਵੋ ਜਿਸ ਤਰ੍ਹਾਂ ਕੈਨੇਡਾ ਦੇ ਹੁਣ ਰਿਫਿਊਜ਼ਲਾਂ ਦਿਖਾ ਕੇ ਏਜੰਟ ਤੁਹਾਨੂੰ ਕਿਸੇ ਹੋਰ ਕੰਟਰੀ ਦੇ ਵੱਲ ਭੇਜਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਤਰ੍ਹਾਂ USA ਦੀ ਗੱਲ ਅੱਜ ਕੱਲ੍ਹ ਏਜੰਟਸ ਜ਼ਿਆਦਾ ਕਰਨ ਲੱਗ ਗਏ ਨੇ ਵੀ ਕੈਨੇਡਾ ਦੀਆਂ ਹੁਣ ਰਿਫਿਊਜ਼ਲਸ ਨੇ ਤੁਹਾਨੂੰ ਵੀਜ਼ਾ ਨਹੀਂ ਮਿਲਣਾ ਤਾਂ ਵੀਜ਼ੇ ਵੀ ਦਿਖਾਵਾਂਗੇ ਅਤੇ ਗੱਲਬਾਤ ਵੀ ਕਰਾਵਾਂਗੇ ਸਾਡੇ ਨਾਲ ਹਨੀਸ਼ ਉੱਪਲ ਜੀ ਮੌਜੂਦ ਨੇ ਹਨੀਸ਼ ਜੀ ਬਹੁਤ ਏਜੰਟਸ ਨੇ ਹੁਣ ਰਿਫਿਊਜ਼ਲਸ ਦਾ ਦਿਖਾ ਦਿਖਾ ਕੇ ਵੀ ਰਿਫਿਊਜ਼ਲਸ ਆ ਗਈਆਂ ਤੁਸੀਂ ਹੁਣ ਕੈਨੇਡਾ ਨਾ ਜਾਓ USA ਵੱਲ ਭੇਜਣੇ ਸ਼ੁਰੂ ਕਰਤੇ ਸੀਗੇ ਬੱਚੇ USA ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਇਹ ਵੀਜ਼ੇ ਜਿਹੜੇ ਆਏ ਨੇ ਕਿੱਥੋਂ ਦੇ ਆਏ ਨੇ ਕਿ ਕੈਨੇਡਾ ਦੇ ਨੇ ਕਿ ਪਾਕਿਸਤਾਨ ਦੇ ਨੇ ਇਹ ਸਾਰੇ ਵੀਜ਼ੇ ਕੈਨੇਡਾ ਦੇ ਸਨ ਜੀ ਬੇਸਿਕਲੀ ਕੀ ਹੈ ਕਿ ਜਿਹੜਾ ਕੰਸਲਟੈਂਟ ਹੁੰਦਾ ਹੈ ਉਹ ਆਪਣੇ ਜਿਸ ਤਰ੍ਹਾਂ ਦੀ ਫਾਈਲ ਲਗਾਉਂਦਾ ਉਸ ਤਰ੍ਹਾਂ ਰਿਜ਼ਲਟ ਹਾਸਲ ਕਰਦਾ ਬਹੁਤ ਸਾਰੇ ਏਜੰਟਸ ਨੇ ਮੌਂਟਰੀਅਲ ਦੀ ਫਾਈਲਾਂ ਲਾਈਆਂ ਬਹੁਤ ਸਾਰੇ ਕੰਸਲਟੈਂਟ ਨੇ ਪ੍ਰਾਈਵੇਟ ਕਾਲਜ ਦੇ ਵਿੱਚ ਲਗਾਈਆਂ ਤੇ ਬਹੁਤ ਸਾਰੇ ਕੰਸਲਟੈਂਟ ਨੇ ਪਬਲਿਕ ਕਾਲਜ ਲਗਾਈਆਂ ਜਿਨ੍ਹਾਂ ਜਿਨ੍ਹਾਂ ਕੰਸਲਟੈਂਟ ਨੇ ਪਬਲਿਕ ਕਾਲਜ ਵਿੱਚ ਵੀਜ਼ੇ ਅਪਲਾਈ ਕੀਤੇ ਉਹਨਾਂ ਨੂੰ ਰਿਜ਼ਲਟ ਪੋਜ਼ਿਟਿਵ ਹੀ ਮਿਲਿਆ ਕਈ ਵਾਰੀ 2 PPRs ਆ ਰਹੀਆਂ ਕਿਸੇ ਦੀਆਂ 10 PPR ਰਹੇ ਕਿਸੇ ਦੀਆਂ 1 PPR ਆ ਰਹੀ ਹੈ PPRs ਆ ਰਹੀਆਂ ਵੀਜ਼ਾ ਸਟੈਂਪ ਹੋ ਕੇ ਆਉਣੇ ਸ਼ੁਰੂ ਹੋ ਗਏ ਸਾਡੇ ਕੋਲ ਜਿਹੜੇ ਵੀਜ਼ਾਸ ਆਏ ਆ ਜਿਹੜੇ ਸਾਡੇ ਅੱਜ ਪਾਸਪੋਰਟ ਸਾਡੇ ਕੋਲ ਹੈ ਇਹ ਸਾਰੇ ਪਾਸਪੋਰਟ ਉਹ ਹੈ ਜਿਨ੍ਹਾਂ ਨੇ ਸਪਤੰਬਰ 2021 ਇਨਟੇਕ ਦਾ ਵੀਜ਼ਾ ਅਪਲਾਈ ਕੀਤਾ ਸੀਗਾ ਉਹ ਸਟੂਡੈਂਟ ਜਿਨ੍ਹਾਂ ਦੇ 6 ਈਚ ਸੀ ਜਾਂ ਉਹ ਸਟੂਡੈਂਟ ਜਿਨ੍ਹਾਂ ਦੇ 1 ਮੋਡਿਊਲ 5.5 ਸੀ ਉਹਨਾਂ ਦਾ ਪਬਲਿਕ ਕਾਲਜ ਵਿੱਚ ਅਪਲਾਈ ਕੀਤਾ ਸਾਨੂੰ ਅੱਜ ਪਾਸਪੋਰਟ ਰਿਸੀਵ ਇਹ ਕਿੰਨੇ ਪਾਸਪੋਰਟ ਆਏ ਨੇ ਤੁਹਾਡੇ ਕੋਲ ਇਹ 52 ਪਾਸਪੋਰਟ ਸਾਨੂੰ ਅੱਜ ਰਿਸੀਵ ਹੋਏ ਸਾਰੇ 52 ਪਾਸਪੋਰਟ ਸਪਤੰਬਰ 2021 ਇਨਟੇਕ ਦੇ ਠੀਕ ਹੈ ਤੇ ਮਤਲਬ ਰਿਫਿਊਜ਼ਲਾਂ ਸਿਰਫ ਮੌਂਟਰੀਅਲ ਵਾਲੇ ਬੱਚਿਆਂ ਦੀ ਆ ਰਹੀਆਂ ਨੇ ਬਾਕੀ ਸਭ ਵੀਜ਼ੇ ਆ ਰਹੇ ਨਹੀਂ ਦੇਖੋ ਰਿਫਿਊਜ਼ਲਾਂ ਮੌਂਟਰੀਅਲ ਦੀ ਨਹੀਂ ਆ ਰਹੀਆਂ ਰਿਫਿਊਜ਼ਲਾਂ ਮੌਂਟਰੀਅਲ ਤੋਂ ਇਲਾਵਾ ਓਨਟਾਰੀਓ ਦੀ ਵੀ ਆ ਰਹੀਆਂ ਰਿਫਿਊਜ਼ਲਾਂ BC ਦੀ ਵੀ ਆ ਰਹੀਆਂ ਸਮਝਣ ਵਾਲੀ ਗੱਲ ਕੀ ਹੈ ਕਿ ਜਿਹੜੀ ਰਿਫਿਊਜ਼ਲਾਂ ਆ ਰਹੀਆਂ ਉਹਦੇ ਵਿੱਚ ਜਿਹੜਾ ਨਾਰਮਲ ਜਿਹੜਾ ਮੇਨ ਕਾਰਨ ਹੈ ਉਹ ਇਹ ਹੈ
ਕਿ ਜਿਹੜਾ ਬੱਚੇ ਦੀ ਕੋਰਸ ਰੈਲੇਵੈਂਸੀ ਹੈ ਉਹ ਕੰਸੀਡਰ ਸਹੀ ਤਰੀਕੇ ਨਹੀਂ ਲਗਾਇਆ ਗਿਆ। ਜਿਨ੍ਹਾਂ ਜਿਨ੍ਹਾਂ ਨੇ ਕੰਸਲਟੈਂਟ ਨੇ ਕੋਰਸ ਦੀ ਰੈਲੇਵੈਂਸੀ ਦੇ ਨਾਲ ਫਾਈਲ ਲਗਾਈ, ਜਿਨ੍ਹਾਂ ਨੇ SOP ਸਟਰੋਂਗ ਬਣਾਈ ਉਹਨਾਂ ਨੂੰ ਵੀਜ਼ਾ ਮਿਲਿਆ। 7 ਬੈਂਡ ਵਾਲੇ ਨੂੰ ਵੀ ਰਿਫਿਊਜ਼ਲ ਮਿਲੀ ਹੈ ਓਨਟਾਰੀਓ ਦੇ BC ਦੇ ਵਿੱਚ, ਬਟ ਅਗੇਨ ਬੱਚੇ ਦਾ ਅਗਰ ਕੋਰਸ ਰੈਲੇਵੈਂਸ ਸੀਗਾ, ਬੱਚੇ ਦੀ SOP ਬੱਚੇ ਨੇ ਆਪ ਬਣਾਈ ਸੀ, ਸਟਰੋਂਗ SOP ਸੀ, ਉਹਨੂੰ ਵੀਜ਼ਾ ਮਿਲਿਆ। ਇਹ 52 ਪਾਸਪੋਰਟ ਜਿਹੜੇ ਸਾਨੂੰ ਰਿਸੀਵਡ ਹੋਏ ਆ, ਇਹ ਉਹੀ ਪਾਸਪੋਰਟ ਆ ਜਿਨ੍ਹਾਂ ਨੇ ਸਾਡੇ ਕੋਲ ਵੀਜ਼ਾ ਅਪਲਾਈ ਕੀਤਾ ਔਰ ਇਹਨਾਂ ਨੂੰ ਅੱਜ ਪਾਸਪੋਰਟ ਜਿਹੜਾ ਸਟੈਂਪਿੰਗ ਹੋ ਕੇ ਵਾਪਸ ਮਿਲ ਗਿਆ। ਤੇ ਫਿਰ ਇਹਨਾਂ ਜਿਹੜਾ ਰੋਲਾ ਚੱਲ ਰਿਹਾ ਰਿਫਿਊਜ਼ਲ ਰਿਫਿਊਜ਼ਲਸ, ਫਿਰ ਤਾਂ ਇਹ ਆਪਾਂ ਅੰਦਾਜ਼ਾ ਲਗਾਈਏ ਤਾਂ ਰਿਫਿਊਜ਼ਲ ਤਾਂ ਪਹਿਲਾਂ ਵਾਂਗ ਹੀ ਆ ਰਹੀਆਂ ਨੇ, ਕਿਉਂਕਿ ਇਸ ਸਮੇਂ ਫਾਈਲਾਂ ਵੀ ਬਹੁਤ ਜ਼ਿਆਦਾ ਨੇ ਤੇ ਉਸ ਹਿਸਾਬ ਨਾਲ ਜੇ ਆਪਾਂ ਰਿਫਿਊਜ਼ਲ ਦੀ ਰੇਸ਼ੋ ਦੇਖੀਏ ਫਿਰ ਤਾਂ ਬਰਾਬਰ ਹੀ ਹੋਈ ਪਹਿਲਾਂ ਬਰਾਬਰ ਰੇਸ਼ੋ 70% ਜਿਹੜੀ ਫਾਈਲਾਂ ਹੈ ਜਿਹੜੀ ਰਿਫਿਊਜ਼ਲ ਆ ਰਹੀ ਹੈ ਉਹ ਪ੍ਰਾਈਵੇਟ ਕਾਲਜ ਦੀ ਫਾਈਲਾਂ ਹੀ ਸਕੇ ਰਿਫਿਊਜ਼ਲ ਆ ਰਹੀ ਹੈ। 30% ਵੀਜ਼ੇ ਮਿਲ ਰਹੇ ਆ, ਉਹ 70% ਜਿਹੜੀ ਰਿਫਿਊਜ਼ਲਾਂ ਕਾਰਨ ਹੈ ਪ੍ਰਾਈਵੇਟ ਕਾਲਜ ਹੈ, ਉਹ 70% ਦਾ ਕਾਰਨ ਮੌਂਟਰੀਅਲ ਹੈ, ਉਹ 70% ਦਾ ਕਾਰਨ DLA ਚੇਂਜ ਕਰਨਾ ਹੈ। ਇਹਨਾਂ ਜਿਹੜੀ ਚੀਜ਼ਾਂ ਦੇ ਵਿੱਚ ਬੱਚਿਆਂ ਨੇ ਫਾਈਲਾਂ ਗਈਆਂ ਉਹਨਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਹੀ ਕਰਨਾ ਪਏਗਾ। ਬੱਚਿਆਂ ਨੂੰ ਇਹ ਸਮਝਣਾ ਪਏਗਾ ਕਿ ਸ਼ਾਇਦ ਮੇਰੇ ਖਿਆਲ ਪੰਜਾਬ ਦੇ ਬਹੁਤ ਘੱਟ ਕਲਸਰ ਜਿਨ੍ਹਾਂ ਨੇ ਇੰਨੇ ਪਾਸਪੋਰਟ ਇੱਕ ਸਾਥ ਹੈ, ਸਾਨੂੰ ਅੱਜ 52 ਪਾਸਪੋਰਟ ਇਕੱਠੇ ਮਿਲੇ ਹੈ। ਇਹ 52 ਪਾਸਪੋਰਟ ਦੇ ਵਿੱਚ ਸਮਝ ਲਓ ਕਿ ਸਾਡੇ ਉਹ ਮਿਹਨਤ ਹੈ ਜਿਹੜੀ ਪਿਛਲੇ 7-8 ਮਹੀਨੇ ਤੋਂ ਆਪਾਂ ਸਤੰਬਰ 2021 ਦੀ ਕਰ ਰਹੇ ਸੀਗੇ, ਬੱਚਿਆਂ ਦੇ ਵਿਸ਼ਵਾਸ ਦੇ ਨਾਲ, ਪੇਰੈਂਟਸ ਦੇ ਵਿਸ਼ਵਾਸ ਦੇ ਨਾਲ ਆਪਾਂ ਉਹਨਾਂ ਦਾ ਵੀਜ਼ਾ ਹਾਸਲ ਕਰ ਲਿਆ। ਤੇ ਫਿਰ ਏਜੰਟਾਂ ਨੇ ਇਹ ਕਿਉਂ ਮਾਹੌਲ ਬਣਾਉਣਾ ਸ਼ੁਰੂ ਕਰ ਦਿੱਤਾ ਵੀ ਕੈਨੇਡਾ ਹੁਣ ਜਾਣ ਦਾ ਕੋਈ ਫਾਇਦਾ ਨਹੀਂ, ਤੁਸੀਂ ਦੂਜੀਆਂ ਕੰਟਰੀਆਂ ਦੇ ਵਿੱਚ ਜਾਓ, ਇਹ ਕਿਉਂ ਮਾਹੌਲ ਬਣਾਉਣਾ ਸ਼ੁਰੂ ਕਰ ਦਿੱਤਾ? ਆਦਤਾਂ ਜਿਹੜੀਆਂ ਪੁੱਠੀਆਂ ਉਹਨੂੰ ਸਿੱਧੀਆਂ ਨਹੀਂ ਹੋ ਸਕਦੀਆਂ। ਏਜੰਟਸ ਦੀ ਆਦਤ ਹੈ ਪ੍ਰਾਈਵੇਟ ਕਾਲਜ ਅਪਲਾਈ ਕਰਾਉਣਾ, ਏਜੰਟ ਦੀ ਆਦਤ ਹੈ ਕਿ DLA ਚੇਂਜ ਵਾਲੇ ਫੋਕਸ ਕਰਾਉਣਾ, ਏਜੰਟ ਦੀ ਆਦਤ ਹੈ ਮੌਂਟਰੀਅਲ ਜਿਹੜੇ ਸਸਤੇ ਕਾਲਜਾਂ ਨੂੰ ਪ੍ਰਮੋਟ ਕਰਨਾ। ਅੱਜ ਦੀ ਡੇਟ 'ਚ ਪੈਸਾ ਇੰਪੋਰਟੈਂਟ ਇੰਨਾ ਨਹੀਂ ਹੈ ਜਿੰਨਾ ਇੰਪੋਰਟੈਂਟ ਵੀਜ਼ਾ ਹੈ। ਬੱਚਾ ਕਹਿੰਦਾ ਮੇਰਾ ਸਮਾਂ ਨਾ ਖਰਾਬ ਹੋਵੇ, ਮੈਨੂੰ ਵੀਜ਼ਾ ਮਿਲ ਜਾਵੇ। ਹੁਣ ਜਿਹੜੇ ਬੱਚੇ ਵੀ ਵੀਜ਼ਾ ਅਪਲਾਈ ਕਰ ਰਹੇ ਆ ਉਹਨਾਂ ਨੂੰ ਚੀਜ਼ ਸਮਝ ਨਹੀਂ ਪਏਗੀ, ਕੈਨੇਡਾ ਅੰਬੈਸੀ ਨੇ ਹੁਣ ਕੁਆਲਿਟੀ ਆਫ ਸਟੂਡੈਂਟ ਨੂੰ ਵੀਜ਼ਾ ਦੇਣਾ, ਕੁਆਂਟਿਟੀ ਵਿੱਚ ਗੇਮ ਨਹੀਂ ਹੈ। ਬਿਲਕੁਲ, ਇੰਨੀਆਂ ਫਾਈਲਾਂ ਅੰਬੈਸੀ ਵੱਲ, ਕੋਈ ਕਹਿੰਦਾ 3.5 ਲੱਖ ਫਾਈਲ ਆਏ, ਕੋਈ ਕਹਿੰਦਾ 80,000 ਫਾਈਲਾਂ ਸਟੂਡੈਂਟ ਵੀਜ਼ਾ ਦੀਆਂ। ਜਿੰਨੀਆਂ ਕੋ ਫਾਈਲਾਂ ਆਈ ਥਿੰਕ ਉਹਨਾਂ ਵਿੱਚ 70% ਪ੍ਰੋਫਾਈਲਾਂ ਉਹ ਹੋਣਗੇ ਜਿਹੜੇ ਐਲੀਜੀਬਲ ਨਹੀਂ ਬਣਦੇ। ਬੱਚੇ ਨੂੰ ਇਹ ਸਮਝਣਾ ਪਏਗਾ ਅਗਰ ਉਹ ਐਲੀਜੀਬਲ ਨਹੀਂ ਹੈ ਪਬਲਿਕ ਕਾਲਜ ਵਿੱਚ, ਉਹਨੂੰ ਵੀਜ਼ਾ ਅਪਲਾਈ ਨਹੀਂ ਕਰਨਾ ਚਾਹੀਦਾ। ਠੀਕ ਹੈ, ਚਾਹੇ ਉਹ ਸਾਡੇ ਕੋਲ ਅਪਲਾਈ ਕਰਦਾ ਜਾਂ ਜਿਸ ਤੋਂ ਮਰਜ਼ੀ ਕਰੇ, ਵੀਜ਼ਾ ਸਿਰਫ ਔਰ ਸਿਰਫ ਪਬਲਿਕ ਕਾਲਜ ਦਾ ਮਿਲੇਗਾ। ਵੀਜ਼ਾ ਉਸ ਪ੍ਰੋਫਾਈਲ ਨੂੰ ਮਿਲੇਗਾ ਜਿਨ੍ਹਾਂ ਦੇ 1.5 ਮੋਡਿਊਲ ਜਾਂ ਜਿਹੜੇ 6 ਈਚ ਵਾਲੇ ਹੈ। ਐਡ ਨੂੰ ਦੇਖ ਕੇ ਨਾ ਚੱਲੋ, ਐਡ ਦੇ ਵਿੱਚ ਕੀ ਹੈ, ਸਿਰਫ ਔਰ ਸਿਰਫ ਏਜੰਟ ਦਾ ਪ੍ਰੋਫਿਟ ਹੁੰਦਾ, ਸਟੂਡੈਂਟ ਦਾ ਕੋਈ ਪ੍ਰੋਫਿਟ ਨਹੀਂ ਹੈ। ਤੁਸੀਂ ਇਹ ਦੇਖੋ ਕਿ ਮਾਰਕੀਟ ਵੀਜ਼ੇ ਲੱਗ ਕਿਹਨਾਂ ਦੇ ਰਹੇ, ਲੱਗ ਰਹੇ 6 ਈਚ ਵਾਲੇ ਦੇ ਜਾਂ 1 ਮੋਡਿਊਲ 5.5 ਦੇ। ਅਦਰਵਾਈਜ਼ ਆਪਾਂ ਜਾਂਦੇ ਹਾਂ 10,000 ਦੀ ਪਰਚੀ ਕਟਾ ਦਾਂਗੇ, ਆਫਰ ਲੈਟਰ ਦੇ 10-15,000 ਦੇਵਾਂਗੇ, ਅੰਬੈਸੀ ਫੀਸ ਪਾਉਣਾ। ਵੀਜ਼ਾ ਅਪਲਾਈ ਕਰਨ ਤੋਂ ਲੈ ਕੇ ਵੀਜ਼ਾ ਰਿਫਿਊਜ਼ਲ ਰੁਪਈਆ 60,000-70,000 ਰੁਪਏ ਬੱਚੇ ਦਾ ਨੁਕਸਾਨ ਹੋ ਜਾਂਦਾ ਹੈ। ਏਜੰਟ ਕੀ ਕਰਦਾ ਹੈ, 2-3 PPR ਦਿਖਾਉਂਦੇ, ਦੇਖੋ ਜੀ ਮੇਰੇ 2 ਮੋਡਿਊਲ 5.5 ਬੈਂਡ ਨਾਲ ਵੀਜ਼ਾ ਆਇਆ ਜਾਂ ਮੇਰੇ ਪ੍ਰਾਈਵੇਟ ਕਾਲਜ ਵੀਜ਼ਾ ਆ ਗਿਆ। ਉਹ ਜਿਹੜੇ ਵੀਜ਼ੇ ਦਿਖਾਏ ਜਾ ਰਹੇ ਉਹਦੇ 'ਚ ਕਿਤੇ ਵੀ ਕਾਲਜ ਦਾ ਨਾਮ ਨਹੀਂ ਲਿਖਿਆ ਹੁੰਦਾ, ਉਹ PPR ਦੀ ਫੋਟੋਕਾਪੀ ਕਰਕੇ ਲਗਾ ਰਿਹਾ ਹੈ ਜਾਂ ਉਹ ਵਾਕਈ 2-5 ਇੱਕਾ-ਦੁੱਕਾ ਵੀਜ਼ੇ ਆ ਜਾਂਦੇ ਆ। ਜਿਹੜਾ ਇੱਕ ਟ੍ਰੈਂਡ ਹੈ ਹਾਈ ਕਮਿਸ਼ਨ ਦਾ, ਉਹ ਟ੍ਰੈਂਡ ਇਹ ਬੜਾ ਕਲੀਅਰ ਕਹਿ ਰਿਹਾ, ਜਾਂ ਤਾਂ ਤੁਹਾਡੇ 6 ਈਚ ਹੈ ਤਾਂ ਕੈਨੇਡਾ ਦਾ ਵੀਜ਼ਾ ਅਪਲਾਈ ਕਰੋ, ਅਗਰ ਤੁਹਾਡੇ 1 ਮੋਡਿਊਲ 5.5 ਹੈ ਤਾਂ ਅਪਲਾਈ ਕਰੋ। ਅਦਰਵਾਈਜ਼ ਜਿਹੜੇ ਵੀ ਸਟੂਡੈਂਟ ਦੇ 2 ਮੋਡਿਊਲ 5.5 ਹੈ ਜਾਂ ਜਿਨ੍ਹਾਂ ਨੇ PT ਘੱਟ ਦੇ ਨਾਲ ਫਾਈਲ ਲਾਈ ਹੈ, ਆਪਣਾ IELTS PT ਦਾ ਪੇਪਰ ਦੁਬਾਰਾ ਦਿਓ ਔਰ ਵੀਜ਼ਾ ਹਾਸਲ ਕਰੋ। ਪਰ ਇੱਕ ਚੀਜ਼ ਨਾਲ ਇਹ ਵੀ ਕਰ ਦੇਣਾ ਸਰਮ ਜੀ, ਕੋਸ਼ਿਸ਼ ਕਰੋ ਕਿ IELTS ਨੂੰ ਫੋਕਸ ਜ਼ਿਆਦਾ ਕਰੋ, ਪਿੱਛੇ ਜੇ PT ਦੇ ਨਾਲ ਵੀ ਰਿਫਿਊਜ਼ਲਾਂ ਬਹੁਤ ਦੇਖਣ ਨੂੰ ਮਿਲੀਆਂ, ਕਿਉਂਕਿ PT 52 ਦੇ ਵਿੱਚ ਵੀ ਰਿਫਿਊਜ਼ਲਾਂ ਮਿਲੀਆਂ, 54 ਦੇ ਵਿੱਚ ਵੀ ਰਿਫਿਊਜ਼ਲਾਂ ਮਿਲੀਆਂ, ਤਾਂ ਬੱਚੇ ਫੋਕਸ IELTS ਵਾਲੇ ਪਾਸੇ ਕਰਨ। ਅਗਰ ਤੁਸੀਂ PT ਦੇ ਨਾਲ ਅਪਲਾਈ ਕਰਨਾ ਚਾਹੁੰਦੇ ਹੋ 56 ਨੋਟ ਲੈਸ ਦੈਨ 54 ਦੇ ਨਾਲ ਅਪਲਾਈ ਕਰੋ, ਤੁਸੀਂ ਕੈਨੇਡਾ ਵੀਜ਼ਾ ਹਾਸਲ ਕਰ ਸਕਦੇ ਹੋ। ਤੇ ਇਹ ਪ੍ਰਾਈਵੇਟ ਤੇ ਪਬਲਿਕ ਕਾਲਜ ਦੀ ਸਾਰੀ ਖੇਡ ਕੀ ਹੈ, ਕਿਉਂ ਏਜੰਟ ਬੱਚਿਆਂ ਨੂੰ ਪ੍ਰਾਈਵੇਟ ਕਾਲਜ ਦੇ ਵਿੱਚ ਭੇਜਦੇ ਆ ਜਦਕਿ ਉਹਨਾਂ ਨੂੰ ਪਤਾ ਹੈ ਕਿ ਵੀਜ਼ਾ ਉੱਡਣ ਦੇ ਚਾਂਸਸ ਜ਼ਿਆਦਾ ਨੇ, ਫਿਰ ਇਹ ਖੇਡ ਕੀ ਹੈ ਵਿਚਕਾਰ? ਖੇਡ ਇਸ ਤਰ੍ਹਾਂ ਹੈ ਕਿ ਜਿਹੜਾ ਪ੍ਰਾਈਵੇਟ ਕਾਲਜ ਵਾਲਾ ਬੱਚਾ ਹੁੰਦਾ, ਪ੍ਰਾਈਵੇਟ ਕਾਲਜ ਵਿੱਚ ਬਹੁਤ ਸਾਰੇ ਕਲਸਰਡ ਨੂੰ ਇਸ ਤਰ੍ਹਾਂ ਦੀ ਅਪਰੂਵਲ ਮਿਲੀ ਹੁੰਦੀ ਕਿ ਆਫਰ ਲੈਟਰ ਦੇ ਕੋਈ ਪੈਸਾ ਨਹੀਂ ਲੈਂਦਾ। ਆਫਰ ਲੈਟਰ $200-$250 ਪ੍ਰਿੰਟ ਹੁੰਦੀ ਹੈ, ਬਟ ਕਲਸਰਡ ਵੱਲੋਂ ਪੈਸਾ ਨਹੀਂ ਦਿੱਤਾ ਜਾਂਦਾ। ਉਹ $200-$250 ਬੱਚੇ ਕਲਸਰਡ ਦੇ ਸ਼ੁਰੂ ਦੀ ਕਮਾਈ ਹੋ ਗਈ, ਦੂਸਰੇ ਪਾਸੇ ਪੈਕੇਜ ਦੇ ਨਾਲ ਤੇ ਉਹ ਕਰਦੇ ਆ। ਪ੍ਰਾਈਵੇਟ ਕਾਲਜ ਫੀਸ ਜਾਂਦੀ ਨਹੀਂ, ਬਿਨਾਂ ਫੀਸ ਭਰੇ ਕਾਲਜ ਤੋਂ LO ਲੈਟਰ ਮਿਲ ਜਾਂਦੀ ਹੈ। ਜਿਹੜਾ ਬੱਚਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਵਾਲੇ ਨੇ ਜਿਹੜੇ, ਉਹ ਗੇਮ ਆ ਗਈ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੱਗੀ। ਪ੍ਰਾਈਵੇਟ ਕਾਲਜ ਵਿੱਚ ਅਪਲਾਈ ਕਰੋ, ਫੀਸ ਭਰਨ ਦੀ ਲੋੜ ਨਹੀਂ, ਜਦੋਂ ਵੀਜ਼ਾ ਲੱਗ ਗਿਆ ਤਾਂ ਪੈਸੇ ਦੇ ਦੇਣਾ, ਨਹੀਂ ਲੱਗਿਆ ਤਾਂ ਨਾਲ ਸੀ। ਹੁਣ ਉਹਦੇ ਵਿੱਚ ਕੀ ਹੁੰਦਾ, ਜਿਹੜਾ ਬੰਦਾ ਏਜੰਟ ਡੀਲ ਕਰਦਾ ਹੁੰਦਾ ਉਹਨੂੰ ਪਤਾ ਕਿ ਮੈਂ ਸ਼ੁਰੂ ਵਿੱਚ 50-60,000 ਰੁਪਏ ਕਮਾ ਲੈਣਾ, ਮੇਰੀ ਇਨਵੈਸਟਮੈਂਟ 0 ਹੈ। ਬਿਲਕੁਲ, ਉਹਦੇ ਵਿੱਚ ਪ੍ਰਾਈਵੇਟ ਕਾਲਜ ਵਾਲੇ ਪਾਸੇ ਪਾਉਂਦੇ ਆ। ਦੂਸਰਾ ਸਭ ਤੋਂ ਵੱਡਾ ਕਾਰਨ ਇਹ ਕਿ ਕਲਸਰਡ ਕੋਲ ਕਾਲਜ ਡਾਇਰੈਕਟ ਨਹੀਂ ਹੁੰਦਾ। ਜ਼ਿਆਦਾਤਰ ਪੰਜਾਬ ਦੇ ਵਿੱਚ ਜਿੰਨੇ ਵੀ ਕਲਸਰਡ ਹੈਗੇ ਆ, ਬਹੁਤ 5-7 ਹਜ਼ਾਰ ਕਲਸਰਡ ਹੋਣਾ, ਉਹਨਾਂ ਵਿੱਚ ਮੇਰੇ ਖਿਆਲ ਨਾਲ 10% ਕਲਸਰਡ ਕੋਲ ਹੀ ਲਾਇਸੈਂਸ ਹੈ
नॉर्मली जिन्हें भी कंसलेंट पंजाब दे विच है उन्होंने 70-80% कंसलेंट इस तरह जिन्हों के कॉलेज यूनिवर्सिटी का डायरैक्ट आई अपनी है वो बच्चों के डॉक्यूमेंट चकते हैं किसी होर दूजे एजेंट नूं देंदे दूजा एजेंट तीजे एजेंट नूं देंदा तीजा एजेंट दिल्ली भेजदा और फिर ऑफर लेटर अपलाई होंगे हूँ इन सारा होंगे कि प्रोसैस लंबा हो ही जा रहा बच्चों समझना पेगा कि जेडे वीजे जो कंसलेंट वीजे दिखा रहे हैं क्योंकि होंगे की है एक वीजा दिखाता प्राइवेट कॉलेज का 10 होर एनरोलमेंट करती हैं पर दूजे पास यही नहीं दस कि थोड़ी रिफ्यूजल कि चीज बच्चों समझना पैना कि प्राइवेट कॉलेज में बाइकाट करके सिर्फ और सिर्फ पब्लिक कॉलेज वीजा अपलाई करो कैनेडा वीजा दे रहा है ये जिंदा जाता सबूत है साडे कोल कि वीजे लगे हैं और ये वीजे लगन का एको ही कारण है कि साडे कोल बच्चे ने पब्लिक कॉलेज अपलाई किया साडे कोल वो बच्चे ने अपलाई किया जिन्हां दे एक मॉड्यूल 5.5 सीगे और यही कारण है साडा सक्सैस हुंदा 90% तो वध जिहड़े वीजे हैं मार्केट में रिफ्यूज़ हो रहे हैं विजन ग्रुप के अज भी 90% तो वध वीजे लग रहे हैं एक दिन ही सानू 52 पासपोर्ट रिसीव्ड हुए हैं ये पासपोर्ट ही साडा एक नाम है कि हाँ भी सानू वाकई रिजल्ट्स मिल रहे हैं ते सर जिस तरह सैमीनार तुसी लगा रहे हो बच्चों नू तुसी गाइड करोगे कि भी तुसी हुण इदां करो या जिहड़े रिफ्यूजल जिन्हां दी आईआं उन्हां नू गाइड करोगे होर की बेनीफिट हो रहा बच्चे बेसिकली सनम जी जिहड़ा सैमीनार है कैनेडा ते यूके दा इकट्ठा सैमीनार है ये सैमीनार साडी ब्रांच विच हो रहा है बहुत सारे स्टूडेंट इस तरह दे जो कि 1-to-1 काउंसलिंग लेना चाहते हैं कई का वीज़ा ऑलरेडी रिफ्यूज़ है कोर्स की रेलवेंसी होने करके कई का वीज़ा रिफ्यूज़ हो रहा है SOP सही तरीके नहीं लगाई कई का गैप करके वीज़ा रिफ्यूज़ है इस सैमीनार च एक सब तो बड़ा प्लस पॉइंट है तुसी 1-to-1 काउंसलिंग मेरे नाल लै सकते हो इस सैमीनार विच कंपनी कोई प्रोसैसिंग फीस चार्ज नहीं कर रही तुसी ऑन द स्पॉट आके ऑफर लेटर अपलाई कर सकते हो जनवरी 2022 इनटेकली ओवरऑल 6 नॉट लैस दैन 5.51 मॉड्यूल के नाल एडमिशन हो रही हैं ऑन द स्पॉट तुसी आके ऑफर लेटर अपलाई करो विदाउट एनी प्रोसैसिंग फीस कोई पैसा नहीं सानू देना ऑफर लेटर आने तो बाद अपनी ट्यूशन फीस पे करो अगर तुहाडा वीजा रिफ्यूज है तुहाडा GIC ऑलरेडी उत्थे पिया होया तो अपना केस प्रोसैस करो तो हूँ जिस तरह जिन्हों के केस रिफ्यूज़ हुए हुए हैं तो हूँ सितंबर इनटेक के तुम पासपोर्ट दिखा रहे हो कि हूँ सितंबर इनटेक मतलब बच्चों लिए हूँ बंद है हूँ सितंबर इनटेक कोई बच्चा जान सकता जिन्हें नवी सिरे तो देखो नवे सिरे तो अज भी सितंबर इनटेक की TV ऐड चल रही है वो ऐड सिर्फ और सिर्फ प्राइवेट कॉलेज चल रही है सितंबर तो बाद अक्टूबर नवंबर इनटेक भी दिखाया जा रहा है प्राइवेट कॉलेज का जिहड़े मेजर इनटेक है वो जनवरी मई और सितंबर है हूँ जो नैक्सट इनटेक चल रहा है जनवरी 2022 है मतलब सितंबर इनटेक बंद है सितंबर इनटेक ऑलमोस्ट सारा क्लोज है इस समय सिर्फ रिजल्ट आ रहे हैं बच्चे इनरोल हो रहे हैं जिन्हों के वीजे लग गए वो ट्रैवल कर रहे हैं कोर्स रजिस्ट्रेशन तक पहुँच गए अज कोई भी कंसर्न बच्चे अगर यह गल कहता है कि तुम सितंबर इनटेक की आखिरी मौका अपलाई कर लो वो समझ लो बच्चा गुमराह हो रहा है एंड ऑफ द डे उन्हें इनटेक जनवरी ही उन्हों का करना है जी बहुत बहुत धन्यवाद जी तो इस साडे नाल हनीश उप्पल जी जिन्हां नाल आपां गलबात कीती है तो वीजे भी दिखाए ने उन्होंने अते नाल ये भी सलाह दित्ती है बच्चों कि जेड़ा भी जेकर कोई एजेंट तुहानूं कहिंदा है कि सितंबर इनटेक लई तुहाडे कोल आखिरी मौका तुसीं आके इत्थे अपनी फाइल तुसीं लगाओ साडे कोलों तां उत्थे गुमराह होण दी लोड़ नहीं क्योंकि ऑलमोस्ट जेड़ा सितंबर इनटेक है वह बंद हो चुका है अते बच्चों के जिन्हां ने फाइलां लगाईआं सी सितंबर इनटेक वालीआं उन्हां दे हुण तां वीजे आने शुरू हो गए ने ते नवां बच्चा कोई सितंबर इनटेक बारे ना अजे सोचे जनवरी या मई इनटेक के वास्ते ही हूँ जाने की जी अपनी प्लैनिंग करे तब देर अपडेट से सानू जुड़े हो कैमरामैन सतन ठाड़ू के नाल सरमजीत सिंह भल्ला लुधियाना।